ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਆ ਤੁਸੀਂ ਸਿੰਗਰਾਂ ਦੀ ਕਈ ਆਪਾਂ ਟਸ਼ਨ ਵੀ ਦੇਖੀ ਆ, ਚਾਹੇ ਸਿੱਧੂ ਮੂਸੇਵਾਲਾ ਹੋਣ ਜਾਂ ਕਰਨ ਔਜਲਾ, ਇਹ ਆਪਸ 'ਚ ਟਸ਼ਨ ਵੀ ਆਪਾਂ ਦੇਖੀ। ਤੁਸੀਂ ਕਿਹਾ ਕਿ ਮੈਂ ਸਾਈਕਲ ਤੋਂ ਉੱਠਿਆ, ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਇੰਨੀ ਵਧੀਆ ਕੋਈ ਇੰਨੀ ਜਾਣਕਾਰੀ ਹੈ? ਕਈ ਵਾਰ ਸਿੰਗਰ ਪੂਰੇ ਫਾਈਨੈਂਸ਼ਲੀ ਸਾਊਂਡ ਨੇ, ਪੋਲੀਟੀਸ਼ਨ ਉਹਨਾਂ ਦੇ ਨਾਲ ਨੇ, ਵੀ ਤੁਹਾਨੂੰ ਲੱਗਦਾ ਕਿ ਤੁਸੀਂ ਸਾਈਕਲ ਤੋਂ ਉੱਠੇ ਹੋ, ਇਸ ਕਰਕੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਤਾਂ ਈਜ਼ੀਲੀ ਦਬਾਇਆ ਜਾ ਸਕਦਾ, ਕਿਉਂਕਿ ਹਮਲਾ ਦਿਨ ਇੱਦਾਂ ਦਾ ਹੋਣਾ ਇੱਕ ਸਿੰਗਰ 'ਤੇ? ਬਿਲਕੁਲ ਬਾਈ, ਮੇਰੀ ਲਾਈਫ ਦੇ ਵਿੱਚ ਇਹ ਜਿਹੜੀ ਇੱਦਾਂ ਦੀ ਘਟਨਾ ਪਹਿਲੀ ਵਾਰੀ ਹੋਈ ਆ, ਅਤੇ ਕਿਉਂਕਿ ਅੱਜ ਤੱਕ ਤੁਸੀਂ ਖੁਦ ਪ੍ਰੈਸ ਰਿਪੋਰਟਰੋਂ ਤੁਹਾਨੂੰ ਪਤਾ, ਕਿਉਂਕਿ ਇੱਦਾਂ ਦੀ ਨਿਊਜ਼ ਸ਼ਾਇਦ ਤੁਸੀਂ ਵੀ ਕਦੇ ਵੇਖੀ ਨਹੀਂ ਹੋਊਗੀ, ਹੈ ਨਾ। ਅਤੇ ਹੁਣ ਮੈਨੂੰ ਹੁਣ ਪਤਾ ਲੱਗਦਾ ਵੀ ਹਾਂ ਇਸ ਦੁਨੀਆਦਾਰੀ ਦੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਰਹਿਣ ਲਈ ਵੀ ਸਾਰੇ ਬੰਦਿਆਂ ਨਾਲ ਸਰਕਲ ਬਣਾਉਣੇ ਬਹੁਤ ਜ਼ਰੂਰੀ ਨੇ, ਕਿਉਂਕਿ ਮੈਨੂੰ ਜਦੋਂ ਆਹ ਚੀਜ਼ਾਂ ਹੋਣ ਤੋਂ ਬਾਅਦ ਜਿਹੜੇ ਮੇਰੇ ਸੀਨੀਅਰ ਨੇ, ਜਿਹੜੇ ਸਮਝਦਾਰ ਨੇ, ਹੈ ਨਾ, ਅਤੇ ਮੈਨੂੰ ਉਹ ਗੱਲਾਂ ਕਰਦੇ ਵੀਰੇ ਇੰਨੀ ਯਾਰ ਵੀ ਇੰਨੀ ਨਿਮਰਤਾ ਜਾਂ ਇੰਨਾ ਡਾਊਨ ਟੂ ਅਰਥ ਰਹਿ ਕੇ ਵੀ ਕੰਮ ਨਹੀਂ ਚੱਲਦਾ, ਵੀ ਡਾਊਨ ਟੂ ਅਰਥ ਆਪਾਂ ਆਪਣੇ ਜਿਹੜੇ ਆਪਣੇ ਪਿਆਰ ਕਰਨ ਵਾਲੇ ਨੇ ਉਹਨਾਂ ਲਈ ਰਹੀਏ, ਵੀ ਜਿਹੜੇ ਯਾਰ ਬੰਦੇ ਆਪਣੇ ਲੱਤਾਂ ਖਿੱਚਣ ਵਾਲੇ ਨੇ ਉਹਨਾਂ ਲਈ ਡਾਊਨ ਟੂ ਅਰਥ ਬਣ ਕੇ ਕੰਮ ਨਹੀਂ ਚੱਲਣਾ, ਵੀ ਉਹਨਾਂ ਨੇ ਮੂੰਹ 'ਚ ਪਾ ਜਾਣਾ ਆਪਾਂ ਨੂੰ, ਹੈ ਨਾ। ਇਹ ਗੱਲ ਮੈਂ ਹੁਣ ਆਹ ਘਟਨਾ ਤੋਂ ਬਾਅਦ ਮੈਂ ਨੇੜਿਓਂ ਫੀਲ ਕੀਤੀ ਵੀ ਹਾਂ ਯਾਰ ਵੀ ਆਪਾਂ ਨੂੰ ਥੋੜ੍ਹਾ ਵੀ ਉਸ ਬੰਦਿਆਂ ਨਾਲ ਸਨੈਪਚੈਟਾਂ ਫੋਟੋਆਂ ਪਾਉਣੀਆਂ ਚਾਹੀਦੀਆਂ ਜਿਹਨਾਂ ਦਾ ਪਤਾ ਹੋਵੇ ਇੰਡਸਟਰੀ ਦੇ ਵਿੱਚ ਇਹ ਕੌਣ ਨੇ, ਹੈ ਨਾ। ਸੋ ਮੈਨੂੰ ਫਿਰ ਛੇਤੀ ਨਾ ਛੇਤੀ ਬੰਦਾ ਹੱਥ ਨਹੀਂ ਪਾਉਂਦਾ ਕਿਸੇ ਬੰਦੇ ਨੂੰ, ਕਿਉਂਕਿ ਉਹਨੂੰ ਪਤਾ ਲੱਗਦਾ ਰਹਿੰਦਾ। ਹੁਣ ਜੇ ਹੁਣ ਆਪਾਂ ਜੇ ਕਹਿੰਦੇ ਮੈਂ ਵੀ ਉਹਦੇ 'ਤੇ ਕੈਪਸ਼ਨ ਲਿਖਦਾ ਵੀ ਮੈਂ ਤਾਂ ਕਿਆ ਬਾਤ ਹੈ, ਮੈਂ ਤਾਂ ਮੋਹ ਮਿੱਟੀ ਨਾਲ ਜੁੜ ਕੇ ਰਹਿੰਦਾ ਹਾਂ, ਵਾਹ, ਫਿਰ ਮੈਨੂੰ ਇਹ ਲੱਗਦਾ ਵੀ ਜੇ ਬਾਹਲਾ ਮਿੱਟੀ ਨਾਲ ਫਿਰ ਲੋਕ ਮਿੱਟੀ 'ਚ ਹੀ ਵਾੜ ਦਿੰਦੇ ਆ ਬੰਦੇ ਨੂੰ, ਨਰਮ ਬੰਦੇ ਦਾ ਰਹਿਣ ਹੈ ਨਹੀਂ ਇੱਥੇ। ਹੁਣ ਮਸਲਾ ਜਿੱਦਾਂ ਹੈ ਕਿ ਕਈ ਸਿੰਗਰ ਸੀ ਆਪਸ ਇੱਕ ਦੂਜੇ ਨੂੰ ਕਾਫੀ ਸਪੋਰਟ ਕਰਦੇ ਨੇ, ਉਹਨਾਂ ਦੇ ਗਾਣੇ ਸ਼ੇਅਰ ਅਸੀਂ ਦੇਖੇ ਕਰਦੇ ਨੇ, ਔਰ ਆਪਸ ਇੱਕ ਹੁੰਦਾ ਗਰੁੱਪ, ਇਸ ਹਮਲੇ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਤੁਹਾਡੇ ਫਰੈਂਡ ਸਰਕਲ ਜਿਹੜਾ ਸਿੰਗਰਾਂ ਦਾ ਹੈ, ਤੁਹਾਨੂੰ ਸਪੋਰਟ ਆਈ? ਸਪੋਰਟ ਤਾਂ ਵੀਰੇ ਇੱਕੋ ਹੀ ਬੰਦਾ ਆਪਣੇ ਨਾਲ ਹੁਣ ਤੱਕ, ਆਪਾਂ ਉਹਦੇ ਨਾਲ ਖੜਦੇ ਰਹੇ ਅਤੇ ਉਹ ਆਪਣੇ ਨਾਲ ਖੜਦਾ ਰਿਹਾ, ਕਿਉਂਕਿ ਜਿਵੇਂ ਕਹਿੰਦੇ ਇੱਕ ਕਹਾਵਤ ਬਣੀ ਹੈ, ਕਹਿੰਦਾ ਮੇਰਾ ਖਿਆਲ ਉਹ ਕਹਿੰਦੇ ਹੁੰਦੇ ਸੀਗੇ, ਕਹਿੰਦਾ ਘਰ ਦਾ ਮਾਰੂ ਸ਼ਾਮੇ ਤਾਂ ਸੱਟੂ ਵੀ ਬਗਾਨੇ ਨੇ ਤਾਂ ਉਹ ਵੀ ਨਹੀਂ ਕਰਨਾ, ਹੈ ਨਾ। ਅਤੇ ਵੀ ਹੁਣ ਸਾਡਾ ਇੱਕੋ ਹੀ ਏਰੀਆ ਮੇਰਾ ਅਤੇ ਸਿੱਧੂ ਵੀਰੇ ਦਾ, ਅਤੇ ਗੱਡ ਕੇ ਜਿੱਥੇ ਕਿਤੇ ਲੱਗਦਾ ਵੀ ਹਾਂ ਇੱਥੇ ਮੇਰੇ ਭਰਾ ਨਾਲ ਕੋਈ ਨਾ ਕੋਈ ਵਧੀਕੀ ਹੋ ਰਹੀ ਹੈ ਤਾਂ ਉਹ ਨਾਲ ਖੜਦਾ। ਸੋ ਉਹ ਅੱਜ ਵੀ ਖੜਾ, ਸੋ ਸਾਰੇ ਸਟੈਂਡ ਲੈਂਦੇ ਜਿਹੜੇ, ਪਰ ਜਿਨ੍ਹਾਂ ਨਾਲ ਆਪਣਾ ਪਿਆਰ ਹੈ, ਕਈ ਵਿਚਾਰੇ ਹੁੰਦੇ ਨੇ ਇਹ ਨਹੀਂ ਹੈਗਾ ਵੀ ਆਪਣਾ ਪਿਆਰ ਹੋਰ ਕਿਸੇ ਸਿੰਗਰਾਂ ਨਾਲ ਹੈ ਨਹੀਂ, ਹੈਗੇ ਨੇ ਸਾਰੇ ਵਿੱਚ ਹੁੰਦੇ ਵੀ ਯਾਰ ਵੀ ਮੱਚ ਦੀ ਅੱਗ ਦੇ ਵਿੱਚ ਕੋਈ ਛੇਤੀ ਵੜਨਾ ਨਹੀਂ ਚਾਹੁੰਦਾ, ਉਹ ਦਿਲ ਵਾਲਾ ਹੀ ਖੜਦਾ ਹੁੰਦਾ। ਅਤੇ ਸਿੱਧੂ ਮੂਸੇਵਾਲਾ ਦਾ ਤੁਹਾਨੂੰ ਫੋਨ ਮੈਸੇਜ ਆਇਆ ਹੋਣਾ, ਕੀ ਕਿਹਾ? ਬਿਲਕੁਲ ਬਿਲਕੁਲ ਵੀਰੇ, ਉਹ ਫੋਨ ਮੈਸੇਜ ਇਹ ਨਹੀਂ ਵੀ ਮੈਨੂੰ ਕਹਿ, ਮਤਲਬ ਮੈਨੂੰ ਹੀ ਕਰਦਾ ਫੋਨ ਮੈਸੇਜ, ਉਹ ਜੇ ਖੜਦਾ ਤਾਂ ਪਬਲੀਕਲੀ ਪੂਰਾ ਇੱਕ ਠੋਕ ਕੇ ਖੜਦਾ, ਇੱਦਾਂ ਦੀ ਕੋਈ ਗੱਲ ਨਹੀਂ ਭਾਅ ਜੀ, ਕਿਉਂਕਿ ਅਸੀਂ ਭਰਾ ਅਤੇ ਪੂਰੀ ਸਪੋਰਟ ਆ ਸਾਡੀ ਆਪਸ ਦੇ ਵਿੱਚ। ਹੁਣ ਗੱਲ ਇਹ ਹੈ ਕਿ ਅਰਨੈਤ ਲੀਗਲੀ ਹੁਣ FIR ਹੋ ਚੁੱਕੀ ਹੈ ਔਰ ਉਹਨਾਂ ਦੇ ਖਿਲਾਫ, ਕਿ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਰੌਲਾ ਕਦੇ ਪਿਆ ਨਹੀਂ, ਪਰ ਇਹ ਪੈਸੇ ਦਾ ਰੌਲਾ ਹੈ, ਔਰ ਇੱਕ ਤੁਸੀਂ ਕਲਮ ਰਾਹੀਂ ਆਪਣੀ ਸਾਰੀ ਜਿਹੜੀ ਤੁਹਾਡੇ ਨਾਲ ਬੀਤਾ ਤੁਸੀਂ ਲਿਖਿਆ, ਇਸ ਕਰਕੇ ਸਾਰਾ ਰੌਲਾ ਹੋਇਆ। ਬਿਲਕੁਲ ਭਾਈ, ਦੇਖੋ ਇਹ ਤੁਹਾਨੂੰ ਮੈਂ ਪਹਿਲਾਂ ਗੱਲ ਦੱਸਦੀ ਵੀ ਮੇਰਾ ਨੇਚਰ ਨਾ ਕਿਸੇ ਨਾਲ ਲੜਨ ਵਾਲਾ, ਅਤੇ ਮੇਰੀ ਮਤਲਬ ਦਿਲ ਹੀ ਨਹੀਂ ਮੰਨਦਾ ਮੈਂ ਕਿਸੇ ਨਾਲ ਲੜਾਂ, ਕਿ ਛੋਟੀ ਜਿਹੀ ਜ਼ਿੰਦਗੀ ਹੈ ਵੀ ਸਾਰਿਆਂ ਨਾਲ ਪਿਆਰ ਬਣਾ ਕੇ ਰੱਖੋ, ਹੈ ਨਾ। ਅਤੇ ਬਾਕੀ ਸਾਡਾ ਕੰਮ ਗਾਉਣਾ ਲਿਖਣਾ ਯਾਰ, ਲੜਨਾ ਤਾਂ ਹੈ ਨਹੀਂ, ਲੋਕਾਂ ਦਾ ਇੰਟਰਟੇਨਮੈਂਟ ਕਰਨਾ, ਹੈ ਨਾ, ਅਤੇ ਲੋਕਾਂ ਤੋਂ ਵਾਹ ਵਾਹ ਖੱਟਣੀ ਹੈ, ਸਾਡਾ ਮੇਨ ਜਿਹੜਾ ਕੰਮ ਹੈ, ਸਾਡਾ ਕੰਮ ਇਹ ਹੈ ਮੇਨ। ਇੱਕ ਗਾਇਕ ਇੱਕ ਲਾਈਨ ਤੁਸੀਂ ਆਪਣਾ ਦੱਸ ਸਕਦੇ ਹੋ? ਹਾਂਜੀ, ਇੱਕ ਲਾਈਨ ਜਿਹੜਾ ਹੁਣ ਉਹਦੇ 'ਚ ਮੇਰਾ ਮਤਲਬ ਚੱਕਰ ਪਿਆ, ਕਿਉਂਕਿ ਸਾਡੀ ਇੱਕ ਟੀਮ ਇਕੱਠੀ ਸਟੈਂਡ ਹੋਈ ਸੀ, ਰੌਲਾ ਕੀ ਸੀ ਹੁਣ ਫਰਕ ਪਵਾ ਪਵਾ ਕੇ, ਜਿਹੜਾ ਉਹਦੇ 'ਚ ਇੱਕ ਜਿਹੜਾ ਅੰਤਰ ਆ ਰਿਹਾ ਜਿਹੜੇ ਨੂੰ ਲੈ ਕੇ ਰੌਲਾ ਪਿਆ ਸੀ, ਕਹਿੰਦਾ ਪਹਿਲਾਂ ਖੁੱਲ ਜਾਣਾ ਏ ਕਿਤਾਬ ਵਾਂਗ ਰਵੇ ਪਰ ਮਿਲੇ ਜਦੋਂ ਧੋਖਾ ਰਹੀ ਨਾ ਗੀਤ ਲਿਖਦਾ, ਟੇਡੇ ਜਿਹੇ ਵਾਲਾਂ ਵਾਲਾ ਨਾਲ ਹੁੰਦਾ ਸੀ ਤੇ ਹੁਣ ਵੀਡੀਓ ਕਲਪਾਂ ਵਿੱਚ ਕਿਉਂ ਨਹੀਂ ਦਿਖਦਾ, ਹਾਏ ਟੇਡੇ ਜਿਹੇ ਵਾਲਾਂ ਵਾਲਾ ਨਾਲ ਹੁੰਦਾ ਸੀ ਤੇ ਹੁਣ ਵੀਡੀਓ ਕਲਪਾਂ ਵਿੱਚ ਕਿਉਂ ਨਹੀਂ ਦਿਖਦਾ, ਉਹ ਜਿਹੜੇ ਹੋਏ ਆ ਸਟੈਂਡ ਯਾਰਾਂ ਸਰ ਤੇ ਔਖਾ ਗਏ ਨੇ ਭੁਲੇਖਾ ਤੁਹਾਡਾ ਬਾਪ ਡਿੱਗ ਗਿਆ, ਪਹਿਲਾਂ ਮੇਰੀ ਨਜ਼ਰਾਂ ਚੋਂ ਗਏ ਆ ਡਿੱਗ ਕੇ ਨਹੀਂ, ਜਿਹੜੇ ਕਹਿੰਦੇ ਤੇਰੇ ਯਾਰ ਦਾ ਗਰਾਫ ਡਿੱਗ ਗਿਆ, ਉਹ ਪਹਿਲਾਂ ਮੇਰੀ ਨਜ਼ਰਾਂ ਚੋਂ ਗਏ ਆ ਡਿੱਗ ਕੇ ਨਹੀਂ, ਜਿਹੜੇ ਕਹਿੰਦੇ ਤੇਰੇ ਯਾਰ ਦਾ ਗਰਾਫ ਡਿੱਗ ਗਿਆ। ਸੋ ਇਹ ਸੱਚਾਈ ਆ, ਕਿਉਂਕਿ ਇਹ ਗੱਲਾਂ ਉਹਨਾਂ ਨੇ ਕੀਤੀਆਂ ਨੇ, ਮੈਂ ਲਿਖੂੰਗਾ, ਹੁਣ ਅੱਗੇ ਕਰਨਗੇ ਮੈਂ ਹੋਰ ਲਿਖੂੰਗਾ। ਹਾਂ, ਕਿੱਥੇ ਗੱਲ ਮੁੱਕੇਗੀ ਜਾ ਕੇ ਲੱਗਦਾ ਤੁਹਾਨੂੰ? ਗੱਲ ਭਾਈ ਜਾਂ ਤਾਂ ਇੱਦਾਂ ਹੁੰਦਾ ਵੀ ਜਿਹੜੇ ਇਹ ਵਿੱਚ ਵਾਲੇ ਬੰਦੇ ਨੇ ਨਾ, ਜਿਹੜੇ ਮੈਂ ਜਿਹਨਾਂ ਦੀ ਗੱਲ ਕਰਦਾ, ਮੈਂ ਪੰਜਾਬੀ ਦੇ ਵਿੱਚ ਦੋ ਗੱਲੇ ਕਹੂੰਗਾ ਜਿਹੜੇ ਉਹ ਕੰਮ ਖਰਾਬ ਕਰਦੇ ਨੇ ਵੀ ਬੰਦੇ ਦੇ ਵਿੱਚ ਦੂਰੀਆਂ ਪਵਾਉਣ ਦਾ, ਜਾਂ ਤਾਂ ਉਹਨਾਂ ਦੇ ਮੂੰਹ 'ਤੇ ਮਾਰੋ ਚਾਰ ਚਾਰ ਚਪੇੜਾਂ ਖਿੱਚ ਕੇ, ਠੀਕ ਹੈ, ਵੀ ਸਾਡਾ ਆਪਸ ਦੇ ਵਿੱਚ ਇੱਕ ਪਿਆਰ ਬਣਿਆ ਸੀ, ਸਾਡੇ ਭਰਾ ਸੀ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਧੋਖੇਬਾਜ਼ ਪ੍ਰੇਮੀ